ਬੂਟਾ ਦੀ ਦੁਕਾਨ ਤੇ ਅੱਗ ਲੱਗੀ ਆ, ਜਿਸ ਤੋਂ ਬਾਅਦ ਭਾਂਬੜ ਮੱਚ ਗਿਆ ਅੱਗ ਦਾ। ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਪੂਰੀ ਦੁਕਾਨ ਹੈ ਸੜ ਕੇ ਸਵਾਹ ਹੋ ਗਈ। ਦਰਅਸਲ ਹੇਠਲੀ ਮੰਜ਼ਿਲ ਤੇ ਗ੍ਰਾਹਕ ਬੈਠੇ ਬੂਟ ਖਰੀਦ ਰਹੇ ਹੁੰਦੇ ਨੇ ਕਿ ਉੱਪਰਲੀ ਮੰਜ਼ਿਲ ਜਿੱਥੇ ਗੋਦਾਮ ਬਣਿਆ ਹੋਇਆ ਸੀ ਉਸ 'ਚ ਅਚਾਨਕ ਅੱਗ ਲੱਗ ਜਾਂਦੀ ਹੈ, ਜਿਸ ਕਰਕੇ ਏਡਾ ਵੱਡਾ ਇਹ ਹਾਦਸਾ ਹੋ ਗਿਆ। ਇਸ ਦੁਕਾਨ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਤਾਂ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਉਵੇਂ ਉਵੇਂ ਅੱਗ ਜ਼ਿਆਦਾ ਲੱਗ ਰਹੀ ਹੈ ਲੋਕਾਂ ਦੇ ਘਰਾਂ ਦੇ ਵਿੱਚ, ਦੁਕਾਨਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ। ਅੱਗੇ ਵੀ ਕਈ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ, ਗੱਡੀਆਂ ਦੇ ਵਿੱਚ ਬਲਾਸਟ ਹੋ ਰਹੇ ਨੇ, ਚੱਲਦੀ ਗੱਡੀਆਂ ਨੂੰ ਅੱਗ ਲੱਗ ਰਹੀ ਹੈ। ਤਾਂ ਧਿਆਨ ਰੱਖੋ ਜ਼ਿਆਦਾ ਗਰਮੀ ਦੇ ਵਿੱਚ ਆਪਣੇ ਗੱਡੀਆਂ ਦਾ, ਆਪਣੇ ਘਰਾਂ ਦੇ ਵਿੱਚ ਜੇਕਰ ਕੋਈ ਸ਼ਾਰਟ ਸਰਕਟ ਹੈ ਤਾਂ ਉਸਨੂੰ ਤੁਰੰਤ ਠੀਕ ਕਰਾਓ, ਕਿਉਂਕਿ ਗਰਮੀ ਕਰਕੇ ਅੱਗ ਬਹੁਤ ਤੇਜ਼ੀ ਦੇ ਨਾਲ ਫੈਲਦੀ ਵੀ ਹੈ ਅਤੇ ਬੁੱਝਦੀ ਵੀ ਛੇਤੀ ਨਹੀਂ। ਤਾਂ ਵੱਡੀ ਖਬਰ ਹੈ। ਤਾਂ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਕਾਈ ਲੌਕ ਚੌਕ ਦੇ ਉੱਤੇ ਲਿਬਰਟੀ ਸ਼ੂਜ਼ ਵਾਲਿਆਂ ਦੇ ਅੱਗ ਲੱਗ ਗਈ ਹੈ। ਜੀ ਹਾਂ, ਦੁਪਹਿਰ ਵੇਲੇ ਇਹ ਅੱਗ ਲੱਗੀ, ਜਿਸ ਤੋਂ ਬਾਅਦ ਪੂਰੀ ਮਾਰਕੀਟ ਦੇ ਵਿੱਚ ਹੜਕੰਪ ਮੱਚ ਗਿਆ। ਲੋਕ ਇੱਧਰੋਂ ਉੱਧਰੋਂ ਭੱਜੇ ਆਏ, ਬਾਲਟੀਆਂ ਦੇ ਨਾਲ ਪਾਣੀ ਪਾਉਣ ਲੱਗੇ। ਅੱਗ 'ਤੇ ਕਾਬੂ ਪਾਉਣ ਦਾ ਪੁਰਜ਼ੋਰ ਕੋਸ਼ਿਸ਼ ਕੀਤੀ ਗਈ। ਬਾਅਦ ਦੇ ਵਿੱਚ ਫਾਇਰ ਬ੍ਰਿਗੇਡ ਦੇ ਅਧਿਕਾਰੀ ਆਉਂਦੇ ਨੇ, ਕਰਮਚਾਰੀ ਆਉਂਦੇ ਨੇ। ਉਹਨਾਂ ਨੇ ਪਾਣੀ ਦੇ ਨਾਲ ਨਾਲ ਫੋਮ ਦਾ ਇਸਤੇਮਾਲ ਕਰਦੇ ਹੋਏ ਝਟਪਟ ਇਸ ਦੁਕਾਨ 'ਤੇ ਲੱਗੀ ਅੱਗ ਜਿਹੜੀ ਉਸ 'ਤੇ ਕਾਬੂ ਪਾ ਲਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲੰਧਰ ਦੀਆਂ, ਜਿੱਥੇ ਦੁਪਹਿਰ 2:30 ਵਜੇ ਦੇ ਕਰੀਬ ਇਹ ਅੱਗ ਲੱਗੀ ਆ। ਸ਼ੋਰੂਮ ਦਾ ਮੈਨੇਜਰ ਰੋਬਿਨ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਰਵੀਵਾਰ ਯਾਨੀ ਕਿ ਸੰਡੇ ਦੀ ਦੁਪਹਿਰ ਨੂੰ ਸ਼ੋਰੂਮ ਦੇ ਵਿੱਚ ਬੈਠਾ ਹੋਇਆ ਸੀ। ਫਸਟ ਫਲੋਰ ਤੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਇਹ ਸਾਰਾ ਨੁਕਸਾਨ ਹੋ ਗਿਆ। ਅਸੀਂ ਅੰਦਰ ਬੈਠੇ ਸੀਗੇ ਸਰ, ਜਦੋਂ ਅਸੀਂ ਬਾਹਰ ਨਿਕਲ ਕੇ ਦੇਖਿਆ ਨਾ ਉੱਪਰ ਧੂੰਆਂ ਆ ਰਿਹਾ ਸੀਗਾ, ਅਤੇ ਅਸੀਂ ਜਦੋਂ ਇਹ ਕੰਡੀਸ਼ਨ ਦੇਖੀ ਅਸੀਂ ਨਾਲ ਹੀ ਫਾਇਰ ਬ੍ਰਿਗੇਡ 'ਤੇ ਫੋਨ ਕੀਤਾ। ਅਸੀਂ ਸ਼ੋਰੂਮ ਦੇ ਵਿੱਚ ਸੀਗੇ, ਅੱਗ ਜਿਹੜੀ ਲੱਗੀ ਆ ਉੱਪਰ ਲੱਗੀ ਹੈ ਜੀ। ਜਦੋਂ ਅਸੀਂ ਬਾਹਰ ਦੇਖਿਆ ਉੱਪਰ ਧੂੰਆਂ ਨਿਕਲ ਰਿਹਾ ਸੀਗਾ, ਜਦੋਂ ਅਸੀਂ ਭੱਜ ਕੇ ਉੱਪਰ ਗਏ ਪਿੱਛੇ ਤਾਂ ਲੈਪਟਾਪ ਬਹੁਤ ਉੱਚੀ ਉੱਚੀ ਦਿਖਣ ਲੱਗ ਗਈ ਹੈ ਜੀ। ਕੋਈ ਕਾਰਨ ਹਜੇ ਸਾਨੂੰ ਤਾਂ ਆਪ ਹੀ ਨਹੀਂ ਪਤਾ ਲੱਗਿਆ ਜੀ। ਅਸੀਂ ਤਾਂ ਥੱਲੇ ਸੀ ਨਾ ਸਰ, ਉੱਪਰ ਤਾਂ ਕੋਈ ਵੀ ਨਹੀਂ ਸੀਗਾ, ਉੱਪਰ ਤਾਂ ਸਮਾਨ ਹੀ ਪਿਆ ਹੁੰਦਾ ਸਾਡਾ, ਉਦੋਂ ਅੱਗ ਲੱਗੀ ਸੀ, ਪਤਾ ਨਹੀਂ ਦੇਖਣ ਸ਼ੋਰੂਮ ਦਾ ਜਿਹੜਾ ਸਮਾਨ ਉੱਪਰ ਗਿਆ ਉਹ। ਹਾਂਜੀ ਹਾਂਜੀ ਸਰ, ਉੱਥੇ ਸਰ ਦਾ ਸਮਾਨ ਵਗੈਰਾ ਪਿਆ ਸੀਗਾ, ਨਹੀਂ ਪਤਾ ਵੀਰ ਹੁਣ ਸਾਨੂੰ ਥੋੜ੍ਹੀ ਪਤਾ। ਨਹੀਂ ਨਹੀਂ ਉੱਪਰ ਨਹੀਂ ਆ ਗਈ, 10-15 ਮਿੰਟ 'ਚ ਹੀ ਆ ਗਈ, ਜ਼ਿਆਦਾ ਟਾਈਮ। ਹਾਂਜੀ ਹਾਂਜੀ, ਨਾਲ ਹੀ ਨਾਲ ਫੋਨ ਕਰ ਸਰ, ਉਹ ਤਾਂ ਹੁਣ ਉੱਪਰ ਹੀ ਆ ਕੇ ਪਤਾ ਲੱਗਣਾ। ਨਹੀਂ ਮੰਦਾ ਕੋਈ ਨਹੀਂ ਹੈਗਾ ਸਰ। ਕਿੰਨਾ ਕੁ ਟਾਈਮ ਹੋਇਆ ਅੱਗ ਲੱਗੇ ਨੂੰ? ਹੋ ਗਏ ਸਰ 15 ਮਿੰਟ ਹੋ ਗਏ। ਬਿਲਕੁਲ ਇਸਲੇ ਸਾਨੂੰ ਫੋਨ ਆਇਆ ਕਿ ਗੁਰੂ ਨਾਨਕ ਮਿਸ਼ਨ ਦੇ ਕੋਲ ਦੁਕਾਨ ਨੂੰ ਅੱਗ ਲੱਗੀ। ਕੀ ਨਾਮ ਹੈ ਤੁਹਾਡਾ? ਮੇਰਾ ਨਰੇਸ਼ ਕੁਮਾਰ ਹੈ ਜੀ। ਅੱਛਾ ਜੀ। ਅਸੀਂ ਤੁਰੰਤ 2 ਗੱਡੀਆਂ ਕੱਢ ਕੇ ਅੱਗ ਵਾਲੀ ਜਗ੍ਹਾ 'ਤੇ ਮੌਕੇ 'ਤੇ ਆਣ ਕੇ ਪੌੜੀ ਲਾ ਕੇ ਫੋਨ ਆਇਆ। ਕਿੰਨੀ ਕੁ ਦੇਰ ਪਹਿਲੇ ਅੱਗ ਲੱਗ ਚੁੱਕੀ ਸੀ? ਇਹ ਤਾਂ 5 ਮਿੰਟ ਪਹਿਲੇ, 10 ਮਿੰਟ ਦੀ ਗੱਲ ਹੋਈ। ਅਸੀਂ 5 ਮਿੰਟ ਦੇ ਵਿੱਚ ਆਣ ਕੇ ਅੱਗ 'ਤੇ ਕਾਬੂ ਪਾ ਲਿਆ। ਕਿੰਨੀ ਕੁ ਭਿਆਨਕ ਅੱਗ ਲੱਗੀ ਹੋਈ ਸੀ? ਅੱਗ ਤਾਂ ਕਾਫੀ ਸੀਗੀ, ਤੁਹਾਡੇ ਸਾਹਮਣੇ ਪੌੜੀ ਲਾ ਕੇ ਚੜ੍ਹੇ। ਅੱਛਾ। ਕਿੰਨੇ ਬੰਦੇ ਨਾਲ? ਆਪਣੇ ਨਾਲ 5 ਫੈਮਿਲੀ।